ਸਾਨੂੰ ਸੱਪ ਸਮੇ ਦਾ ਡੰਗ ਦਾ ਸਾਨੂੰ ਪਲ ਪਲ ਚੜਦਾ ਜ਼ਹਿਰ ਸਾਡੇ ਅੰਦਰ ਬੇਲੇ ਖੌਫ ਦੇ ਸਾਡੇ ਜੰਗਲ ਬਣ ਗਏ ਸ਼ਹਿਰ ਅਸਾਂ ਸ਼ੋਗਮਾਂ ਵਿੱਚ ਡੋਬ ਗਏ ਸਾਡੀ ਰੁੱੜ ਗਈ ਨੋ ਪਤਵਾਰ ਸਾਡੇ ਬੋਲਣ ਤੇ ਪਾਬੰਦੀਆਂ ਸਾਡੇ ਸਿਰ ਲਟਕੇ ਤਲਵਾਰ ਹੁਣ ਤਾਂ ਇਦਾਂ ਦਿਲ ਕਰਦਾ ਵੀ ਕੋਈ ਐਸੀ ਥਾਂ ਹੋਵੇ ਵੀ ਜਿੱਥੇ ਬੰਦੇ ਨੂੰ ਕੋਈ ਭੈੜੀ ਖਬਰ ਨਾ ਮਿਲੇ ਵੀ ਬੁਰੀਆਂ ਖਬਰਾਂ ਸੁਣ ਸੁਣ ਕੇ ਸਾਡੀ ਬੱਸ ਹੋ ਗਈ ਵੀ ਪਹਿਲਾ ਮੀਆਂ ਚੰਨੂ ਦੇ ਵਿੱਚ ਪੰਜਾਬੀ ਮਜ਼ਦੂਰਾਂ ਦੀ ਲਾਸ਼ਾਂ ਆਈਆਂ ਵੀ ਹਲੇ ਉਹਨਾਂ ਦੀ ਕਬਰ ਦੀ ਮਿੱਟੀ ਵੀ ਸੁੱਕੀ ਨਹੀਂ ਫਿਰ ਸਾਡੇ ਰਹੀਮ ਯਾਰ ਖਾਨ ਦੇ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸ਼ਹੀਦ ਕੀਤਾ ਹਾਲੇ ਅਸੀਂ ਉਹਨਾਂ ਦਾ ਸੱਤਰ ਨਹੀਂ ਚੱਕਿਆ ਤੇ ਅੱਜ ਖਬਰ ਆਈ ਬਲੋਚਿਸਤਾਨ ਮੂਸਾ ਖੇਲ ਦੇ ਵਿੱਚ ਵੀ ਕਹਿੰਦੇ ਲਾਰੀਆਂ ਚੋਂ ਲੱਬ ਲੱਬ ਕੇ ਲਾਹ ਲਾ ਕੇ ਪਛਾਣ ਕਰਕੇ ਪੰਜਾਬੀਆਂ ਨੂੰ ਸ਼ਹੀਦ ਕੀਤਾ ਤੇ ਹੀ ਪੰਜਾਬੀ ਸ਼ਹੀਦ ਕਰਤੇ ਵੀ ਸਾਡੇ ਫੌਜ ਦੇ ਜਵਾਨ ਸ਼ਹੀਦ ਕੀਤੇ ਮੈਂ ਪੁੱਛਦਾ ਵੀ ਕਦੋਂ ਤੱਕ ਅਸੀਂ ਆਪਣੇ ਬੱਚਿਆਂ ਦੀ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਚੁੱਕਦੇ ਰਵਾਂਗੇ ਜਿੱਦਾਂ ਦੁਨੀਆ ਤਮਾਸ਼ਾ ਦੇਖ ਰਹੀ ਉਹਦਾ ਰਿਆਸਤ ਤਮਾਸ਼ਾ ਸਿਆਣੇ ਕਹਿੰਦੇ ਰਿਆਸਤ ਮਾਂ ਵਰਗੀ ਹੁੰਦੀ ਫਿਰ ਮਾਂ ਪੁੱਤਰਾਂ ਨੂੰ ਇਦਾਂ ਲਾ ਵਾਰਸਾਂ ਦੀ ਜਿੱਦਾਂ ਪੰਜਾਬ ਨੂੰ ਛੱਡਿਆ ਹੋਇਆ ਹੈ ਕਿ ਕਿਸੇ ਬਾਰਡਰ ਵੀ ਕਿਹਦਾ ਟੱਪ ਦਿਓ ਜਾਂਦੇ ਆਂ ਗੋਲੀ ਨਹੀਂ ਮਾਰਦੇ ਅਸੀਂ ਆਪਣੇ ਘਰ ਦੇ ਵਿੱਚ ਹੀ ਗੋਲੀਆਂ ਖਾਈ ਜਾ ਰਹੇ ਫਿਰ ਪਤਾ ਹੋਵੇ ਵੀ ਸਾਹਮਣੇ ਦੁਸ਼ਮਣ ਫਿਰ ਦੁੱਖ ਕੋਈ ਨਹੀਂ ਇੱਥੇ ਘਰ ਦੇ ਚਿਰਾਗ ਤੋਂ ਝੁੱਗੇ ਨੂੰ ਅੱਗ ਲੱਗੀ ਉਹ ਐਦਾਂ ਬਲਦਾ ਝੁੱਗਾ ਦੇਖ ਹੁੰਦਾ ਪਾਲ ਸਾਡੀ ਹਿੰਮਤ ਜਵਾਬ ਦੇਗੀ ਵੀ ਸਾਡੇ ਪੁੱਤਰਾਂ ਨੂੰ ਹੁਣ ਹੁਣ ਤਾਂ ਬਸ ਹੋਣੀ ਚਾਹੀਦੀ ਆ ਹੁਣ ਇਹ ਸ਼ਹਾਦਤਾਂ ਦਾ ਪੰਜਾਬੀਆਂ ਦੀ ਮੌਤ ਦਾ ਇਹ ਸਿਲਸਿਲਾ ਬੰਦ ਹੋਣਾ ਚਾਹੀਦਾ ਸਾਡੀ ਤਾਂ ਹੁਣ ਇੱਕੋ ਹੀ ਫਰਿਆਦ ਆ ਵੀ ਰਿਆਸਤ ਮਾਅਲਾ ਕਰਤਾਰ ਅਦਾ ਕਰੇ ਪੰਜਾਬੀਆਂ ਦਾ ਕੋਈ ਵਾਰਸ ਬਣੇ ਪੰਜਾਬ ਦਾ ਕੋਈ ਵਾਰਸ ਬਣੇ ਹੁਣ ਤਾਂ ਉਹ ਹਾਲਾਤ ਬਣੇ ਆ ਵੀ ਸਾਨੂੰ ਮਾਫ ਕਰੀ ਤੂੰ ਮਾਲਕਾ ਜਿਹੜੀ ਸਾਥੋਂ ਹੋ ਗਈ ਪੁੱਲ ਅਸੀਂ ਕੱਖੋਂ ਹੌਲੇ ਹੋ ਗਏ ਸਾਡਾ ਕੌਡੀ ਰਿਆ ਨਾ ਮੁੱਲ ਅਸੀਂ ਜਿਹੜੇ ਪਾਸੇ ਵੇਖੀਏ ਸਾਨੂੰ ਦਿਸੇ ਹਨੇਰਾ ਕੁੱਪ ਸਾਨੂੰ ਸਾੜੇ ਪੋ ਦਾ ਪਾਲੜਾ ਸਾਨੂੰ ਠਾਰੇ ਹਾਰ ਦੀ ਤੁੱਪ ਇੱਥੇ ਸੂਰਜ ਠੰਡੇ ਠਾਰ ਨੇ ਤੇ ਚੰਨ ਚੋਂ ਨਿਕਲੇ ਲੰਬ ਅਸੀਂ ਬੀਜੇ ਬੂਟੇ ਬੋੜ ਦੇ ਇੱਥੇ ਉਗ ਖਲੋਤੇ ਬੰਬ